ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਨਵਨੀਤ ਸਿੰਘ ਚੀਮਾ, ਤੁਸੀਂ ਵੇਖ ਰਹੇ ਹੋ GBC ਅਪਡੇਟ। ਨਿੱਤ ਦਿਹਾੜੇ ਕਤਲ ਦੀਆਂ ਘਟਨਾਵਾਂ ਵਾਪਰਦੀਆਂ ਨਜ਼ਰ ਆ ਰਹੀਆਂ ਨੇ। ਪ੍ਰਸ਼ਾਸਨ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਨੂੰ ਲੈ ਕੇ ਅੱਜ ਇੱਕ ਵਾਇਰਲ ਵੀਡੀਓ ਹੋ ਰਹੀ ਹੈ, ਜਿਸ ਵਿੱਚ ਕੁਝ ਨੌਜਵਾਨ ਵਿਅਕਤੀ ਜੋ ਨੇ ਅਸਲਾ ਲੈ ਕੇ ਸ਼ਰੇਆਮ ਸੜਕਾਂ 'ਤੇ ਘੁੰਮਦੇ ਨਜ਼ਰ ਆ ਰਹੇ ਨੇ। ਇੱਕ ਪੱਟੀ ਪਿੰਡ ਤੋਂ ਖਬਰ ਸਾਹਮਣੇ ਆਈ ਹੈ, ਇੱਕ ਔਰਤ ਦਾ ਕਤਲ ਕਰ ਦਿੱਤਾ ਜਾਂਦਾ। 2 ਦਿਨ ਪਹਿਲਾਂ ਇੱਕ ਕਿਤੇ ਸਿੱਖ ਜਥੇਬੰਦੀਆਂ ਵੱਲੋਂ ਲੰਗਰ ਲਗਾਇਆ ਗਿਆ ਸੀ, ਦੁੱਧ ਦਾ ਲੰਗਰ ਲਗਾਇਆ ਗਿਆ ਸੀ, ਤਾਂ ਉੱਥੇ ਵੀ ਇੱਕ ਨੌਜਵਾਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਕਤਲ ਕਰ ਦਿੱਤਾ ਜਾਂਦਾ। ਸੋ ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਸਾਡੇ ਨਾਲ ਕੁਝ ਮੋਹਤਬਰ ਵਿਅਕਤੀ ਹੁਸ਼ਿਆਰਪੁਰ ਸ਼ਹਿਰ ਦੇ ਜੁੜੇ ਨੇ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਅਤੇ ਇਸ ਸੰਬੰਧੀ ਜਾਣਕਾਰੀ ਲੈਂਦੇ ਹਾਂ ਕਿ ਕੀ ਉਹਨਾਂ ਦਾ ਕਹਿਣਾ। ਹਾਂਜੀ ਸਰ, ਸਵਾਗਤ ਹੈ ਜੀ GBC ਅਪਡੇਟ ਟੀਮ ਦੇ ਵਿੱਚ। ਸਭ ਤੋਂ ਪਹਿਲਾਂ ਸਰ, ਸਾਰਿਆਂ ਨੂੰ ਜੈ ਭੀਮ, ਜੈ ਭਾਰਤ। ਸਰ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਆਹ ਥੋੜ੍ਹੇ ਕੁ ਦਿਨਾਂ ਦੇ ਵਿੱਚ ਹਾਲਾਤ ਪੰਜਾਬ ਦੇ ਇੰਨੇ ਕੁ ਜ਼ਿਆਦਾ ਵੱਧ ਤੋਂ ਬਦਤਰ ਹੋ ਗਏ ਹੈਗੇ ਆ ਕਿ ਮੈਂ ਕਹਿੰਦਾ ਕਾਨੂੰਨ ਆਉਣ ਦੀ ਕੋਈ ਵਿਵਸਥਾ ਰਹੀ ਨਹੀਂ ਹੈਗੀ। ਪਿੱਛੇ ਜੇ ਤੁਸੀਂ ਦੇਖਿਆ ਹੋਣਾ, ਸੁਣਿਆ ਹੈਗਾ ਕਿ ਜਦੋਂ ਦੀ ਇਹ ਸਰਕਾਰ ਬਣੀ ਹੈਗੀ ਆ, ਸਭ ਤੋਂ ਪਹਿਲਾਂ ਕੀ ਹੈਗਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਸ ਤੋਂ ਬਾਅਦ ਇੱਕ ਮਸ਼ਹੂਰ ਕਬੱਡੀ ਖਿਡਾਰੀ ਅੰਬੀ ਦਾ ਕਤਲ ਹੋਇਆ। ਆਉਣ ਵਾਲੇ ਦਿਨ ਦੇ ਵਿੱਚ ਮਤਲਬ ਕਈ ਇੱਦਾਂ ਦੇ ਕਤਲ ਹੋਏ ਹੈਗੇ ਜਦ ਦੀ ਇਹ ਸਰਕਾਰ ਬਣੀ ਹੈ। ਪਿੱਛੇ 2-4 ਦਿਨ ਦੇ ਪਹਿਲਾਂ ਕਤਲ ਹੋਇਆ ਸਾਡੇ ਸਰਪੰਚ ਡਡਿਆਣੇ ਤੋਂ ਸੰਦੀਪ ਚੀਨਾ ਜੀ, ਜਿਨ੍ਹਾਂ ਦਾ ਹਜੇ ਤੱਕ ਮੈਂ ਕਹਿੰਦਾ ਕਿ ਜਿਹੜੇ ਕਾਤਲ ਅਜੇ ਤੱਕ ਫੜੇ ਨਹੀਂ ਗਏ। ਆਏ ਦਿਨ ਇੱਦਾਂ ਦੀਆਂ ਘਟਨਾਵਾਂ ਕਿਉਂ ਹੋ ਰਹੀਆਂ ਹੈਗੀਆਂ? ਆਹ ਹੁਣ ਥੋੜ੍ਹੇ ਦਿਨ ਦੀ ਗੱਲ ਹੈਗੀ ਹੈ, ਕੱਲ੍ਹ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਮਾਈ ਦੇਵੀ ਤੋਂ, ਜਿੱਥੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈਗਾ, ਨੰਗੀਆਂ ਤਲਵਾਰਾਂ ਲੈ ਕੇ ਘੁੰਮ ਰਹੇ ਹੈਗੇ ਆ। ਪ੍ਰਸ਼ਾਸਨ ਦਾ ਕਿਸੇ ਨੂੰ ਕੋਈ ਖੌਫ ਹੀ ਹੈ ਨਹੀਂਗਾ। ਜਦ ਦੀ ਇਹ ਸਰਕਾਰ ਆਈ ਹੈਗੀ, ਮੈਂ ਤਾਂ ਕਹਿੰਦਾ ਹੈਗਾ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ ਹੈਗੀ। ਆਏ ਦਿਨ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ। ਹੁਣ ਕੱਲ੍ਹ ਦੀ ਇੱਕ ਖਬਰ ਹੋਰ ਹੈਗੀ ਹੈ, ਪੱਟੀ ਦੇ ਵਿੱਚ ਗਰਭਵਤੀ ਔਰਤ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਟਾਂਡੇ ਵਿੱਚ ਇੱਕ ਮੁੰਡੇ ਨੂੰ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈਗਾ। ਭਗਵੰਤ ਮਾਨ ਸਰਕਾਰ ਜਦ ਦੀ ਆਈ ਹੈ, ਉਦੋਂ ਦੇ ਕਤਲ ਸ਼ਰੇਆਮ ਹੋ ਰਹੇ, ਗੁੰਡਾਗਰਦੀ ਸ਼ਰੇਆਮ ਹੋ ਰਹੀ ਹੈਗੀ ਹੈ। ਇਹ ਜਦੋਂ ਵੀ ਹੁੰਦਾ ਹੈਗਾ, ਕੋਈ ਵੀ ਨਾ ਕੋਈ ਆਪਣੀ ਜਦੋਂ ਵੀਡੀਓ ਕਰਨੀ ਵਾਇਰਲ ਕਰਨੀ ਸੀਗੀ, ਉਦੋਂ ਇਹ ਔਨਲਾਈਨ ਹੋ ਜਾਂਦੇ ਸੀਗੇ। ਹੁਣ ਜਦ ਇਹ ਕਤਲ ਹੋ ਰਹੇ ਆ, ਇਹ ਕਿਉਂ ਨਹੀਂ ਔਨਲਾਈਨ ਹੋ ਰਹੇ? ਸਾਡੇ ਹੁਸ਼ਿਆਰਪੁਰ ਦੇ ਬ੍ਰਹਮ ਸ਼ੰਕਰ ਜਿੰਮ ਭਾਅ ਜੀ, ਕੈਬਨਿਟ ਮੰਤਰੀ, ਹਰ ਟਾਈਮ ਜਦੋਂ ਵੀ ਕੋਈ ਉਦਘਾਟਨ ਕਰਦੇ ਹੈਗੇ ਆ, ਉਹ ਔਨਲਾਈਨ ਹੁੰਦੇ ਹੈਗੇ ਆ। ਅੱਜ ਸਰਪੰਚ ਚੀਮਾ ਜੀ ਦਾ ਕਤਲ ਹੋ ਗਿਆ, ਉਹਨਾਂ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਕਿ ਘਟਨਾ ਜਿਹੜੀ ਹੈਗੀ ਬਹੁਤ ਮਾੜੀ ਹੋਈ ਆ। ਕੀ ਸਿਰਫ ਇਹ ਉਦੋਂ ਹੀ ਔਨਲਾਈਨ ਹੁੰਦੇ ਹੈਗੇ ਜਦੋਂ ਇਹਨਾਂ ਨੇ ਕੋਈ ਕਾਰਜ ਦੱਸਣਾ ਹੁੰਦਾ ਹੈਗਾ? ਮਤਲਬ ਆਮ ਜਨਤਾ ਨੇ ਇਹਨਾਂ ਦੇ ਕੋਈ ਵਾਸਤਾ ਨਹੀਂ ਹੈਗਾ, ਇਹਨਾਂ ਨੂੰ ਉਹੀ ਵਾਸਤਾ ਹੈਗਾ ਕਿ ਜਦੋਂ ਇਹਨਾਂ ਦਾ ਕੋਈ ਲੀਡਰ ਮਾਰ ਦਿੱਤਾ ਜਾਂਦਾ ਹੈਗਾ ਜਾਂ ਇਹਨੀ ਕੋਈ ਉਦਘਾਟਨ ਕਰਨਾ ਹੈਗਾ, ਉਦੋਂ ਇਹ ਔਨਲਾਈਨ ਹੁੰਦੇ ਆ। ਆ ਐਡੀਆਂ ਵੱਡੀਆਂ ਘਟਨਾਵਾਂ ਹੋਈਆਂ, ਇਹ ਕਿਉਂ ਨਹੀਂ ਔਨਲਾਈਨ ਹੋਏ ਹਜੇ ਤੱਕ? ਕਿਉਂ ਨਹੀਂ ਹਜੇ ਤੱਕ ਇਹਨੇ ਰੋਸ ਪ੍ਰਗਟ ਕੀਤਾ ਕਿ ਜਿਹੜੀਆਂ ਇਹ ਘਟਨਾਵਾਂ ਹੋਈਆਂ ਬਹੁਤ ਮਾੜੀਆਂ ਘਟਨਾਵਾਂ ਹੋਈਆਂ? ਕੀ ਇਹ ਸਿਰਫ ਆਪਣੇ ਕਾਰਜ ਦਿਖਾਉਣ ਲਈ ਔਨਲਾਈਨ ਹੁੰਦੇ ਹੈਗੇ ਆ, ਜਦਕਿ ਕੋਈ ਅੱਜ ਤੱਕ ਕੋਈ ਕਾਰਜ ਕੰਮ ਕੀਤਾ ਨਹੀਂ ਹੈਗਾ ਜੀ? ਸੋ ਅੱਜ ਵੀ ਇੱਕ ਤਾਜ਼ਾ ਖਬਰ ਚੱਲੀ ਹੈ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਵਿੱਚ ਇੱਕ ਕਿਸੇ ਨਰਸ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਅਤੇ ਉਸਦੇ ਸੰਬੰਧ ਵਿੱਚ ਡਾਕਟਰ ਦੀ ਵੀ ਕੁੱਟਮਾਰ ਕੀਤੀ ਗਈ ਹੈ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਇਹ ਘਟਨਾ ਹੋਈ ਹੈ ਬਹੁਤ ਮੈਂ ਕਹਿੰਦਾ ਮਾੜੀ ਘਟਨਾ ਹੈਗੀ ਹੈ, ਜਦਕਿ ਡਾਕਟਰਾਂ ਨੇ ਆਪਣੇ ਵੱਲੋਂ ਪੂਰਾ ਕੰਮ ਕੀਤਾ ਹੈਗਾ, ਜਿੰਨਾ ਸੀਗਾ ਉਹ ਜਿਹਨਾਂ ਦੇ ਹੱਥ ਵਿੱਚ ਸੀਗਾ ਉਹ ਨਹੀਂ ਕੰਮ ਪੂਰਾ ਕੀਤਾ ਹੈਗਾ, ਪਰ ਉੱਥੇ ਕੁਛ ਨੌਜਵਾਨਾਂ ਨੇ ਜਿਹੜਾ ਡਾਕਟਰ ਜਾਂ ਨਰਸ ਨਾਲ ਕੁੱਟਮਾਰ ਕੀਤੀ ਹੈਗੀ ਆ, ਬਹੁਤ ਮੈਂ ਕਹਿੰਦਾ ਮਦਭਾਗੀ ਘਟਨਾ ਹੈਗੀ ਆ। ਕਿਉਂਕਿ ਕਾਨੂੰਨ ਆਉਣ ਦੀ ਵਿਵਸਥਾ ਨਹੀਂ ਰਹੀ, ਹੁਣ ਲੋਕਾਂ ਦੇ ਵਿੱਚ ਉਹ ਖੌਫ ਨਹੀਂ ਰਿਹਾ, ਨਹੀਂ ਤਾਂ ਅੱਗੇ ਪ੍ਰਸ਼ਾਸਨ ਨੂੰ ਦੇਖ ਕੇ ਖੌਫ ਹੁੰਦਾ ਸੀਗਾ ਕਿ ਆਪਾਂ ਇੱਦਾਂ ਦੀ ਘਟਨਾਵਾਂ ਨਾ ਕਰੀਏ।
ਪਰ ਨਿਤ ਨਵੀਆਂ ਕੋਈ ਨਾ ਕੋਈ ਘਟਨਾਵਾਂ ਹੁੰਦੀਆਂ। ਸਰ ਕਿੱਥੇ ਕਮੀ ਮਹਿਸੂਸ ਕਰਦੇ ਹੋ ਜਿਹੜੇ ਲੋਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਆ ਰਹੀ ਇਸ ਸੰਬੰਧ ਦੇ ਵਿੱਚ? ਦੇਖੋ ਜੀ, ਸਰਕਾਰ ਨੂੰ ਸਰਕਾਰ ਮੈਂ ਕਹਿੰਦਾ ਲੋਕਾਂ ਨੇ ਚੁਣੀ ਤਾਂ ਜ਼ਰੂਰ ਸੀਗੀ, ਪਰ ਸਰਕਾਰ ਨਾਮ ਦੀ ਕੋਈ ਗੱਲਬਾਤ ਨਹੀਂ ਹੈਗੀ। ਸਰਕਾਰ ਨੂੰ ਪਤਾ ਹੀ ਨਹੀਂ ਆਪਾਂ ਕਰਨਾ ਕੀ ਹੈਗਾ। ਉਹਨਾਂ ਨੂੰ ਇਹ ਹੈਗਾ ਆਪਣੇ ਮੰਤਰੀਆਂ ਪਿੱਛੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੁਲਿਸ ਕਰਮਚਾਰੀ ਲਗਾ ਦਿੰਦੇ ਹੈਗੇ ਆ। ਅਤੇ ਜਿੱਧਰ ਦੇਖੋ ਪਹਿਲਾਂ ਇਹ ਕਹਿੰਦੇ ਤਾਂ ਜ਼ਰੂਰ ਸੀਗੇ ਕਿ ਜਿਹੜੇ ਆਪਾਂ ਹੈਗੇ ਆਮ ਆਦਮੀ ਪਾਰਟੀ ਹੈ, ਅਸੀਂ ਕੋਈ ਸਾਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ, ਪਰ ਅੱਜ ਦੇਖੋ ਦੀ ਲੱਖ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੁਲਿਸ ਮੁਲਾਜ਼ਮ ਇਹਨਾਂ ਦੀ ਸਿਕਿਉਰਿਟੀ ਦੇ ਵਿੱਚ ਹੈਗੇ ਆ। ਹੁਣ ਇਹਨਾਂ ਨੂੰ ਕਿਸ ਚੀਜ਼ ਦਾ ਡਰ ਹੈਗਾ? ਸਿਕਿਉਰਿਟੀ ਦੀ ਗੱਲ ਕੀਤੀ ਆ ਕਿ ਸਿਕਿਉਰਿਟੀ ਇਹਨਾਂ ਨੇ ਆਪਣੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਸਿਕਿਉਰਿਟੀਆਂ ਵੱਧ ਤੋਂ ਵੱਧ ਦਿੱਤੀਆਂ ਨੇ, ਅਤੇ ਆਮ ਜਨਤਾ ਦੀ ਸਿਕਿਉਰਿਟੀ ਕੌਣ ਕਰੇਗਾ? ਆਮ ਜਨਤਾ ਦੀ ਸਿਕਿਉਰਿਟੀ ਤਾਂ ਇਹਨਾਂ ਨੂੰ ਹੈ ਹੀ ਕੋਈ ਨਹੀਂ। ਜੇ ਆਮ ਜਨਤਾ ਦੀ ਸਿਕਿਉਰਿਟੀ ਦਾ ਹੁੰਦਾ ਤਾਂ ਇੱਦਾਂ ਦੇ ਰੋਜ਼ ਨਿਤ ਨਵੇਂ ਇੱਦਾਂ ਦੇ ਕਾਂਡ ਨਹੀਂ ਹੁੰਦੇ। ਕਿੰਨੇ ਕਤਲ ਹੋ ਰਹੇ ਆ, ਉਹਨਾਂ ਨੂੰ ਕਿਉਂ ਨਹੀਂ ਸਿਕਿਉਰਿਟੀਆਂ ਮਿਲ ਰਹੀਆਂ ਹੈਗੀਆਂ? ਹਾਂਜੀ ਸਰ, ਕੀ ਨਾਮ ਹੈ ਜੀ? ਜੀ ਸਰ, ਮੇਰਾ ਨਾਮ ਰਮੇਸ਼ ਲਾਲ ਹੈ ਜੀ। ਰਮੇਸ਼ ਲਾਲ ਜੀ ਕੀ ਕੰਮ ਕਰਦੇ ਹੋ? ਮੈਂ ਸਰ ਇੱਕ ਈ ਰਿਕਸ਼ਾ ਚਲਾਉਂਦਾ ਔਰ ਬੱਚਾ ਰੋਟੀ ਕਮਾ ਕੇ ਦਿੰਦਾ ਪਿਆ। ਔਰ ਸਾਡੇ ਨਾਲ ਵੀ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਆ, ਕਦੇ ਅਸੀਂ ਕਦੇ ਪਿੰਡ 'ਚ ਜਾਂਦੇ ਹਾਂ, ਸਵਾਰੀ ਛੱਡ ਜਾਂਦੇ, ਸਾਡੇ ਹੋਰ ਭਰਾਵਾਂ ਨਾਲ ਕੁੱਟਮਾਰ ਹੋ ਗਏ, ਪੈਸੇ ਖੋਹ ਲੈਂਦੇ ਆ। ਅਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਅਤੇ ਇੱਦਾਂ ਦੇ ਜਿਹੜੇ ਕੰਮ ਹੋ ਰਹੇ ਆ, ਕੋਈ ਬੰਦਾ ਗਰੀਬ ਰੋਟੀ ਕਮਾ ਕੇ ਖਾਂਦਾ ਹੈਗਾ ਅਤੇ ਉਹਨੂੰ ਖਾਣ ਦੇਣ ਕਿ ਇਹਨਾਂ ਬੰਦਿਆਂ ਦੇ 'ਤੇ ਨੱਥ ਪਾਈ ਜਾਵੇ ਤਾਂ ਕਿ ਆਪਾਂ ਵੀ ਆਪਣੇ ਬੱਚਿਆਂ ਰੋਟੀ ਕਮਾ ਕੇ ਖਾ ਸਕੀਏ। ਇਸ ਲਈ ਸਰਕਾਰ ਮੋਹਰੇ ਇਹੀ ਬੇਨਤੀ ਹੈ ਕਿ ਇੱਦਾਂ ਦੇ ਜਿਹੜੇ ਰੋਜ਼ ਕਾਂਡ ਹੁੰਦੇ ਆ, ਮੰਤਰੀਆਂ ਦੇ ਕੋਈ ਵੀ ਹੈਗਾ, ਸਭ ਆਪਣੀ ਜਨਤਾ, ਆਮ ਜਨਤਾ ਸਾਡੇ ਭਰਾ ਆ, ਸਾਡੇ ਮੌਤ ਵਾਰ ਨੇ, ਉਹਨਾਂ ਨੂੰ ਉਹਨਾਂ ਦੀ ਰੱਖਿਆ ਕੀਤੀ ਜਾਵੇ ਅਤੇ ਆਉਣ ਵਾਲੀ ਜਿਹੜਾ ਸਮਾਂ ਹੈਗਾ ਉਹ ਇਸ ਤਰ੍ਹਾਂ ਖਰਾਬ ਨਾ ਹੋਵੇ। ਤਾਂ ਪ੍ਰਸ਼ਾਸਨ ਮੋਹਰੇ ਇਹੀ ਬੇਨਤੀ ਹੈ ਕਿ ਜਲਦ ਤੋਂ ਜਲਦ ਸਖ਼ਤ ਸੁਣਵਾਈ ਸਾਡੀ ਕੀਤੀ ਜਾਵੇ। ਜੈ ਭੀਮ, ਜੈ ਭਾਰਤ। ਕੀ ਸੋਚਦੇ ਹੋ ਕਿ ਇੱਕ ਨੌਜਵਾਨ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ, ਇੱਕ ਦੇ ਸਿਰ ਵਿੱਚ ਸੱਟ ਮਾਰੇ ਕਤਲ ਕਰ ਦਿੱਤਾ ਜਾਂਦਾ, ਇੱਕ ਗਰਭਵਤੀ ਔਰਤ ਨੂੰ ਸ਼ਰੇਆਮ ਮਾਰ ਦਿੱਤਾ ਜਾਂਦਾ, ਅਤੇ ਤੁਸੀਂ ਵੀ ਈ ਰਿਕਸ਼ਾ ਚਲਾਉਂਦੇ ਆ, ਆਪਣੇ ਪਰਿਵਾਰ ਪਾਲਦੇ ਹੋ ਅਤੇ ਸ਼ਹਿਰ ਦੇ ਵਿੱਚੋਂ ਆਸੇ ਪਾਸੇ ਪਿੰਡਾਂ 'ਚ ਵੀ ਜਾਣਾ ਹੁੰਦਾ, ਅਤੇ ਮਾਹੌਲ ਨੂੰ ਦੇਖਦੇ ਹੋਏ ਕਿੱਦਾਂ ਦੀ ਤੁਸੀਂ ਸੁਰੱਖਿਆ ਮਹਿਸੂਸ ਕਰਦੇ ਹੋ? ਸਰ ਇੱਦਾਂ ਦੇ ਮਾਹੌਲ ਦੇਖ ਕੇ ਤਾਂ ਸਾਨੂੰ ਚਾਹੁੰਦਾ ਕਿ ਅਸੀਂ ਰਿਕਸ਼ਾ ਚਲਾ ਨਹੀਂ ਸਕਦੇ, ਕਿਉਂਕਿ ਕਿਸੇ ਵੇਲੇ ਰਾਤ ਨੂੰ ਸਵਾਰੀ ਹੁੰਦੀ ਹੈ, ਆਪਾਂ ਸਟੇਸ਼ਨ 'ਤੇ ਜਾਣਾ ਹੁੰਦਾ, ਕਿਤੇ ਜਾਣਾ ਹੁੰਦਾ, ਸਵਾਰੀ ਫਸ ਜਾਂਦੀ ਹੈ, ਬੱਸ ਨਹੀਂ ਮਿਲਦੀ, ਪਿੰਡਾਂ ਨੂੰ ਜਾਣ ਨੂੰ ਨਹੀਂ ਮਿਲਦੇ ਹੈਗਾ, ਕੋਈ ਸਾਧਨ ਜਾਂਦਾ, ਅਸੀਂ ਜਾਂਦੇ ਹਾਂ ਅਤੇ ਅਸੀਂ ਜੇ ਜਾਂਦੇ ਤਾਂ ਅਸੀਂ ਜ਼ਰੂਰ ਹਾਂ, ਲੇਕਿਨ ਸਾਨੂੰ ਇੰਨਾ ਖੌਫ ਹੁੰਦਾ ਕਿ ਵਾਪਸ ਘਰ ਜਾਣਾ ਕਿ ਨਹੀਂ ਜਾਣਾ, ਕਿਉਂਕਿ ਰਸਤੇ ਵਿੱਚ ਕਈ ਖੜ੍ਹੇ ਹੁੰਦੇ, ਕਈਆਂ ਵੇਲੇ ਵੀਰਾਂ ਨਾਲ ਹੋਈਆਂ ਵੀ ਆ, ਅਤੇ ਪ੍ਰਸ਼ਾਸਨ ਨੂੰ ਪਤਾ ਵੀ ਆ ਕੁੱਟਮਾਰ ਹੁੰਦੀ ਆ, ਸਾਡੇ ਭਰਾਵਾਂ ਨਾਲ ਈ ਰਿਕਸ਼ਾ ਵਾਲਾ ਕਈਆਂ ਨਾਲ ਹੁੰਦੀ ਆ, ਅਤੇ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਨੱਥ ਪਾਈ ਜਾਵੇ। ਇੰਨਾ ਕੁ ਦਿੰਦੇ ਹੋਏ ਜੈ ਭੀਮ, ਜੈ ਭਾਰਤ। ਸੋ ਇਹ ਸਨ ਹੁਸ਼ਿਆਰਪੁਰ ਸ਼ਹਿਰ ਦੇ ਨੌਜਵਾਨ ਆਗੂ ਜਿਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੀ ਸੁਰੱਖਿਆ ਨੂੰ ਲੈ ਕੇ ਲੋਅ ਐਂਡ ਆਰਡਰ ਦੇ ਅਧੀਨ ਆਮ ਵਿਅਕਤੀ ਦੀ ਵੀ ਸੁਰੱਖਿਆ ਕੀਤੀ ਜਾਵੇ, ਅਤੇ ਜਿਹੜੇ ਵਿਅਕਤੀਆਂ ਦਾ ਕਤਲ ਹੋ ਚੁੱਕਿਆ ਅਤੇ ਉਹਨਾਂ ਦੇ ਜੋ ਦੋਸ਼ੀ ਵਿਅਕਤੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਬਣਦੀ ਸਜ਼ਾ ਅਤੇ ਬਣਦੀ ਕਾਰਵਾਈ ਕੀਤੀ ਜਾਵੇ। GBC ਅਪਡੇਟ ਦੇ ਲਈ ਕੈਮਰਾ ਪਰਸਨ ਜਤਿੰਦਰ ਪ੍ਰਸ਼ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ, ਦੇਖਦੇ ਰਹੋ GBC ਅਪਡੇਟ। ਦੋਸਤੋ, ਆਪਕਾ ਸਕਾਈਸੀ ਆਇਲ, ਇਹ ਆਇਲ ਪੂਰਾ 100% ਨੈਚੁਰਲ ਇੰਗਰੀਡੀਐਂਟ ਸੇ ਬਣਾ ਹੁਆ ਹੈ, ਇਸਕੇ ਅੰਦਰ ਟੋਟਲ ਨੈਚੁਰਲ ਹਰਬਸ ਪੜੇ ਹੋਏ ਹੈ, ਕੋਈ ਕੈਮੀਕਲ ਨਹੀਂ ਹੈ ਇਸਮੇ, ਜ਼ਰੂਰ ਇਸਕੋ ਇੱਕ ਬਾਰ ਆਪ ਯੂਜ਼ ਕਰੇਂ, ਆਪਕੇ ਮਨ ਕੋ ਸ਼ਾਂਤੀ ਹੋਗੀ ਕਿ ਆਜ ਤੱਕ ਐਸਾ ਪ੍ਰੋਡਕਟ ਹਮ ਲੋਗੋਂ ਨੇ ਨਹੀਂ ਦੇਖਾ। ਸਕਾਈਸੀ ਆਇਲ।